ਪਿੰਡਾ ਬਾਈ ਤੇਰਾ ਬਦਲ ਜਾਣੇ ਨੇ ਹੁਣ ਵੀ। ਜੇਕਰ ਤੁਸੀਂ ਵੀ ਸੜਕ ਤੇ ਫੋਨ ਚਲਾਉਣ ਦੇ ਆਦੀ ਹੋ ਤਾਂ ਹੁਣ ਸਾਵਧਾਨ ਹੋ ਜਾਓ। ਆ ਦੇਖੋ ਕਿਵੇਂ ਹੱਥ 'ਚੋਂ ਫੋਨ ਖੋ ਕੇ ਭੱਜ ਜਾਂਦੇ ਨੇ ਚੋਰ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵਾਰਦਾਤ ਕੈਦ ਹੋਈ ਹੈ ਜਿੱਥੇ ਇੱਕ ਚੋਰ ਮਹਿਲਾ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਮਹਿਲਾ ਬੈਂਕ 'ਚ ਕੰਮ ਕਰਦੀ ਹੈ ਅਤੇ ਕੰਮ ਕਰਨ ਤੋਂ ਬਾਅਦ ਇਹ ਵਾਪਸ ਆਪਣੇ ਘਰ ਆ ਰਹੀ ਸੀ। ਤਾਂ ਇਸੇ ਦੌਰਾਨ ਇਹ ਰਸਤੇ ਦੇ ਵਿੱਚ ਫੋਨ ਚਲਾ ਰਹੀ ਸੀ ਤਾਂ ਫਿਰ ਇੱਕ ਚੋਰ ਆਉਂਦਾ ਹੈ ਅਤੇ ਇਸਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦਾ। ਤਾਂ ਅੱਗੇ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਇਸ ਨੂੰ ਘੇਰਾ ਪਾ ਲਿਆ ਗਿਆ ਅਤੇ ਮੌਕੇ 'ਤੇ ਹੀ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਫਿਰ ਚੰਗੀ ਤਰੀਕੇ ਦੇ ਨਾਲ ਇਸਦੀ ਛਿੱਤਰ ਪਰੇਡ ਕੀਤੀ ਗਈ। ਤਾਂ ਦੱਸ ਦਈਏ ਕਿ ਇਸ ਤੋਂ ਫੋਨ ਵੀ ਵਾਪਸ ਲੈ ਲਿਆ ਗਿਆ। ਤਾਂ ਇਹ ਫੋਨ ਖੋ ਕੇ ਲੁਟੇਰਾ ਭੱਜ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਵੇਖ ਸਕਦੇ ਹੋ ਬੜੀ ਆਸਾਨੀ ਦੇ ਨਾਲ ਇਹ ਮਹਿਲਾ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਗਿਆ ਸੀ। ਤਾਂ ਤੁਸੀਂ ਵੀ ਜੇਕਰ ਸੜਕ 'ਤੇ ਫੋਨ ਚਲਾਉਣ ਦੇ ਆਦੀ ਹੋ ਤਾਂ ਹੁਣ ਸਾਵਧਾਨ ਹੋ ਜਾਓ, ਕਿਉਂਕਿ ਇਹਨਾਂ ਚੋਰਾਂ ਨੂੰ ਸਿਰਫ ਇੱਕ ਮੌਕਾ ਚਾਹੀਦਾ ਹੁੰਦਾ ਹੈ ਅਤੇ ਇਹ ਤੁਹਾਡੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਜੇਕਰ ਤੁਸੀਂ ਵੀ ਸੜਕ 'ਤੇ ਫੋਨ ਚਲਾਉਣ ਦੇ ਆਦੀ ਹੋ ਤਾਂ ਹੁਣ ਸਾਵਧਾਨ ਹੋ ਜਾਓ। ਆ ਦੇਖੋ ਕਿਵੇਂ ਹੱਥ 'ਚੋਂ ਫੋਨ ਖੋ ਕੇ ਭੱਜ ਜਾਂਦੇ ਨੇ ਚੋਰ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵਾਰਦਾਤ ਕੈਦ ਹੋਈ ਹੈ ਜਿੱਥੇ ਇੱਕ ਚੋਰ ਮਹਿਲਾ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਜਿੱਥੇ ਮਹਿਲਾ ਬੈਂਕ 'ਚ ਕੰਮ ਕਰਦੀ ਹੈ ਅਤੇ ਕੰਮ ਕਰਨ ਤੋਂ ਬਾਅਦ ਇਹ ਵਾਪਸ ਆਪਣੇ ਘਰ ਆ ਰਹੀ ਸੀ। ਤਾਂ ਇਸੇ ਦੌਰਾਨ ਇਹ ਰਸਤੇ ਦੇ ਵਿੱਚ ਫੋਨ ਚਲਾ ਰਹੀ ਸੀ ਤਾਂ ਫਿਰ ਇੱਕ ਚੋਰ ਆਉਂਦਾ ਹੈ ਅਤੇ ਇਸਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦਾ। ਤਾਂ ਅੱਗੇ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਇਸ ਨੂੰ ਘੇਰਾ ਪਾ ਲਿਆ ਗਿਆ ਅਤੇ ਮੌਕੇ 'ਤੇ ਹੀ ਚੋਰ ਨੂੰ ਕਾਬੂ ਕੀਤਾ ਗਿਆ ਅਤੇ ਫਿਰ ਚੰਗੀ ਤਰੀਕੇ ਦੇ ਨਾਲ ਇਸਦੀ ਛਿੱਤਰ ਪਰੇਡ ਕੀਤੀ ਗਈ। ਤਾਂ ਦੱਸ ਦਈਏ ਕਿ ਇਸ ਤੋਂ ਫੋਨ ਵੀ ਵਾਪਸ ਲੈ ਲਿਆ ਗਿਆ। ਤਾਂ ਇਹ ਫੋਨ ਖੋ ਕੇ ਲੁਟੇਰਾ ਭੱਜ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ। ਤਾਂ ਵੇਖ ਸਕਦੇ ਹੋ ਬੜੀ ਆਸਾਨੀ ਦੇ ਨਾਲ ਇਹ ਮਹਿਲਾ ਦੇ ਹੱਥੋਂ ਫੋਨ ਖੋ ਕੇ ਫਰਾਰ ਹੋ ਗਿਆ ਸੀ। ਤਾਂ ਤੁਸੀਂ ਵੀ ਜੇਕਰ ਸੜਕ 'ਤੇ ਫੋਨ ਚਲਾਉਣ ਦੇ ਆਦੀ ਹੋ ਤਾਂ ਹੁਣ ਸਾਵਧਾਨ ਹੋ ਜਾਓ, ਕਿਉਂਕਿ ਇਹਨਾਂ ਚੋਰਾਂ ਨੂੰ ਸਿਰਫ ਇੱਕ ਮੌਕਾ ਚਾਹੀਦਾ ਹੁੰਦਾ ਹੈ ਅਤੇ ਇਹ ਤੁਹਾਡੇ ਹੱਥੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਮੇਰਾ ਨਾਮ ਸੋਨੀਆ ਔਰ ਮੈਂ ਸਮਰਾਲੇ ਦੀ ਰਹਿਣ ਵਾਲੀ ਹਾਂ। ਕੀ ਮਾਮਲਾ ਹੋਇਆ ਜੀ? ਮੈਂ ਜੌਬ ਤੋਂ ਘਰ ਜਾ ਰਹੀ ਸੀਗੀ ਅਤੇ ਰੋਡ 'ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ। ਕਿੱਥੇ ਕੰਮ ਕਰਦੇ ਹੋ? ਮੈਂ ਜੀ PNB ਬੈਂਕ ਵਿੱਚ ਆ, ਲੁਧਿਆਣੇ। ਘਟਨਾ ਵਾ ਕਿੰਨੇ ਕੁ ਵਜੇ ਦੀ ਘਟਨਾ? ਇਹ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ, 4:30 ਦੀ ਹੋਏਗੀ, 4:45-5 ਦੇ ਵਿੱਚ। ਪਿੱਛੇ ਤਾਂ ਮੈਂ ਦੇਖਿਆ ਨਹੀਂ, ਮੇਰੀ ਐਕਚੁਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ, ਵੈਬ ਐਕਸ ਕਾਲ ਹੁੰਦੀ ਆ, ਮੀਟਿੰਗ ਹੁੰਦੀ ਆ, ਅਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ। ਨਹੀਂ ਗੱਲ ਵੀ ਨਹੀਂ ਕਰ ਰਹੀ ਸੀ, ਜਸਟ ਖੜਿਆ ਹੋਇਆ ਸੀਗਾ, ਪੈਦਲ ਸੀਗਾ ਸਰ, ਪੈਦਲ ਸੀਗਾ। ਪਕੜਿਆ ਤਾਂ ਇਹ ਅੰਕਲ ਉਹਨਾਂ ਨੇ ਹੈਗਾ ਤੇ ਹਾਂਜੀ ਹਾਂਜੀ ਮੌਕੇ ਤੇ ਫੜ ਲਿਆ ਜੀ। ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ? ਨਹੀਂ ਮੈਂ ਨਹੀਂ ਮਿਲੀ ਆ ਉਹਨਾਂ ਨੂੰ, ਅੰਕਲ ਉਹਨਾਂ ਨੂੰ ਪਤਾ ਹੋਵੇ। ਕਿਵੇਂ ਦੇਖਦੇ ਹੋ ਦਿਨ ਤੇ ਹੜੇ ਆ ਜਿਹੜੀ ਇਹ ਘਟਨਾ ਵਾਪਰੀ ਆ? ਹਾਂਜੀ ਬਹੁਤ ਜ਼ਿਆਦਾ ਇਨਵਾਇਰਮੈਂਟ ਖਰਾਬ ਹੈਗਾ, ਇਹਦੇ ਲਈ ਕੁਛ ਕਰਨਾ ਚਾਹੀਦਾ ਹੈ, ਹੈ ਨਾ, ਗਵਰਨਮੈਂਟ ਨੂੰ। ਹਾਂਜੀ ਆਏ ਹੋਏ ਆ ਪੁਲਿਸ ਵਾਲੇ ਆਏ ਹੋਏ। ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ। ਯੈਸ ਸਰ ਹਾਂਜੀ ਹਾਂਜੀ, ਇਸਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸਦੇ ਲਈ ਆਪਾਂ ਨੂੰ ਕੁਛ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ, ਤਾਂ ਕਿ ਕਿਸੇ ਹੋਰ ਨਾਲ ਇਹ ਚੀਜ਼ ਹੋਵੇ।
ਇਹ ਕਹਿਣਾ ਚਾਹੂੰਗੀ। ਹਾਂਜੀ, ਥੈਂਕ ਯੂ ਸਰ। ਮਨੀ ਆ ਵੀਰੇ ਨਾਮ ਜੀ। ਕੀ ਘਟਨਾ ਵਾਪਰੀ ਹੈ, ਕਿੰਨੇ ਵਜੇ ਵੀਰੇ? ਉਰੇ ਨਾ 5:45 ਉਰੇ ਇੱਕ ਮੈਡਮ ਤੁਰੇ ਜਾ ਰਹੇ ਸੀਗੇ, ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ। ਇੱਧਰੋਂ ਇੱਕ ਆਇਆ ਸਮੈਕੀਆ ਜਿਹਾ, ਉਹਨਾਂ ਨੇ ਉਹਦੇ ਹੱਥੋਂ ਫੋਨ ਖੋਇਆ, ਉਹ ਭੱਜ ਲਿਆ ਉੱਧਰ ਨੂੰ। ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ, ਉਹ ਚਾਹ ਪੀ ਰਹੇ ਸੀਗੇ। ਉਹਨਾਂ ਨੇ ਸਕੂਟਰੀ ਚੱਕੀ, 1-2 ਜਾਣੇ ਹੋਰ ਬੈਠੇ ਸੀ, ਉਹ ਸਾਰੇ ਜਾਣੇ ਚਲੇ ਗਏ। ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ, ਅਤੇ ਹੁਣ ਉਹ ਫੜਿਆ ਸੀਗਾ ਅਤੇ ਥਾਣੇ SHO ਸਾਹਿਬ ਨੂੰ ਫੋਨ ਕਰਤਾ ਸੀਗਾ, ਅਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚੰਦ ਜੀ SI, ਉਹ ਲੈ ਗਏ ਉਹਨਾਂ ਨੂੰ ਥਾਣੇ ਜੀ। ਦਿਨ ਬਾ ਦਿਨ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ? ਵੀਰੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਮੁਹੱਲੇ ਦੇ ਵਿੱਚ, ਚੋਰੀਆਂ ਬਹੁਤ ਵੱਧ ਰਹੀਆਂ ਨੇ। ਪਹਿਲਾਂ ਵੀ ਅਸੀਂ 1-2 ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ, ਬਹੁਤ ਚੋਰੀਆਂ ਹੋ ਰਹੀਆਂ ਨੇ ਜੀ। ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ, ਨਸ਼ੇ ਕਰਕੇ ਹੋ ਰਿਹਾ ਜੀ। ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ, ਠੀਕ ਆ, ਕਦੇ ਰਾਜੇ ਵਾਲਾ ਕਹਿ ਦਿੰਦਾ, ਕਦੇ ਕੁੱਲੇ ਵਾਲਾ ਦਾ ਕਹਿ ਦਿੰਦਾ, ਪਤਾ ਨਹੀਂ ਲੱਗਦਾ ਜੀ। ਪਰ ਨਸ਼ੇ ਕਰਕੇ ਹੋ ਰਿਹਾ, ਜੋ ਕੁਛ ਵੀ ਹੋ ਰਿਹਾ, ਬਹੁਤ ਉਰੇ ਚੋਰੀਆਂ ਹੋ ਰਹੀਆਂ ਨੇ, ਬਹੁਤ ਫੋਨ ਖੋਹੇ ਜਾ ਰਹੇ। ਹਾਂਜੀ।